are watching Channel Y. Channel Y, a South Asian Canadian channel. Gurdwara Shri Jyoti Saroop de head Granthi di kutmar da mamla samne aaya hai. Is mauke Gurdwara Shri Jyoti Saroop Sahib de head Granthi bhai Atar Singh ne dassya hai ki biti raat oh Chandigarh 19 sector vich katha karke wapas Fatehgarh Sahib part rahe san. ਜਦੋਂ ਮਹਾਲੀ ਜ਼ਿਲ੍ਹੇ ਦੇ ਪਿੰਡ ਚਜੇੜੀ ਵਿਖੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਕੁਝ ਸ਼ਰਾਬੀ ਡੀਜੇ ਲਗਾ ਕੇ ਸ਼ਰਾਬ ਪੀ ਕੇ ਭੰਗੜੇ ਪਾ ਰਹੇ ਸਨ ਉਹਨਾਂ ਕਿਹਾ ਕਿ ਇਸ ਬੇਅਦਬੀ ਨੂੰ ਦੇਖ ਕੇ ਉਹਨਾਂ ਸ਼ਰਾਬੀ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਉਹਨਾਂ ਮੁੰਡਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਮੇਰੀ ਗੱਡੀ ਦੀ ਵੀ ਭੰਨਤੋੜ ਕੀਤੀ ਹੈ ਉਹਨਾਂ ਇਸ ਮੌਕੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਹੈ ਉਹਨਾਂ ਦੱਸਿਆ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੋਣ ਦੇ ਨਾਂ 'ਤੇ ਸ਼੍ਰੋਮਣੀ ਕਮੇਟੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਹੈ ਮੈਂ 67 ਸੈਕਟਰ ਕਥਾ ਕਰਕੇ ਆ ਰਿਹਾ ਸੀ ਜੀ ਅਤੇ ਜਦੋਂ ਕੋਈ 10:30 11 ਕੁ ਵਜੇ ਦਾ ਟਾਈਮ ਹੋਵੇਗਾ ਅਤੇ ਗੁਰਦੁਆਰਾ ਅੰਬ ਸਾਹਿਬ ਤੋਂ ਪ੍ਰਸ਼ਾਦਾ ਚੱਕ ਕੇ ਮੈਂ ਤੁਰਿਆ ਅਤੇ ਝੰਜੇੜੀ ਪਿੰਡ ਹੈ ਲਾਂਟਰਾਂ ਦੇ ਲਾਗੇ ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜਾ ਲੰਗਰ ਹਾਲ ਬਣਿਆ ਹੋਇਆ ਉਹਦੇ 'ਤੇ ਡੀ ਜੇ ਵੱਜ ਰਹੇ ਸੀ ਗੰਦੇ ਗਾਣੇ ਵੱਜ ਰਹੇ ਸੀ ਅਤੇ ਮੰਡੀਰ ਨੱਚ ਰਹੀ ਸੀ ਸ਼ਰਾਬ ਪੀਤੀ ਹੋਈ ਸੀ ਸਾਰਿਆਂ ਨੇ ਮੈਂ ਪ੍ਰਚਾਰਕ ਹੋਣ ਦੇ ਨਾਤੇ ਉੱਥੇ ਰੁਕਿਆ ਅਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਠੀਕ ਨਹੀਂ ਹੈ ਮੈਂ ਇੱਕ ਵੀਡੀਓ ਕਲਿੱਪ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੀ ਮੰਡੀ 'ਚ 50-60 ਜਣੇ ਜਿਹੜੇ ਸੀ ਔਰ ਇੱਟਾਂ ਲੈ ਕੇ ਪੱਥਰ ਲੈ ਕੇ ਰੋੜੇ ਲੈ ਕੇ ਸਾਰੇ ਮੈਨੂੰ ਟੁੱਟ ਕੇ ਪੈ ਗਏ ਮੇਰੀ ਪੱਗ ਲਾ ਦਿੱਤੀ ਮੇਰੇ ਕੇਸ ਪੜ ਦਿੱਤੇ ਮੇਰੇ ਕਕਾਰ ਟੁੱਟ ਕੇ ਉੱਥੇ ਹੀ ਕਿਤੇ ਗਿਰ ਗਏ ਉਸ ਭੀੜ ਦੇ ਵਿੱਚ ਮੇਰੀ ਗੱਡੀ ਸਾਰੀ ਉਹਨਾਂ ਨੇ ਭੰਨ ਤੋੜ ਕਰ ਦਿੱਤੀ ਮੈਂ ਹੁਣ ਇੱਥੇ ਸਰਕਾਰੀ ਹੌਸਪੀਟਲ ਦੇ ਵਿੱਚ ਇੱਥੇ ਆਇਆ ਹੋਇਆ ਅਤੇ ਇੱਦਾਂ ਦੀ ਦੁਰਦਸ਼ਾ ਉਹਨਾਂ ਨੇ ਮੇਰੀ ਕੀਤੀ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਘਟਨਾ ਦੀ ਘੋਰ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਉਹਨਾਂ ਦੱਸਿਆ ਕਿ ਮੇਰੀ SSP ਮੋਹਾਲੀ ਨਾਲ ਗੱਲ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਉਕਤ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਵੇਗੀ ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਉਕਤ ਗੁਰਦੁਆਰਾ ਸਾਹਿਬ ਦੀ ਕਮੇਟੀ 'ਤੇ ਵੀ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਇਸ ਤਰ੍ਹਾਂ ਦੇ ਸ਼ਰਾਬੀ ਅੰਸਰ DJ ਲਗਾ ਕੇ ਮੁੜ ਤੋਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਨਾ ਕਰ ਸਕਣ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਮੁੱਖ ਗ੍ਰੰਥੀ ਹਨ ਉਹ ਗੁਰਦੁਆਰਾ ਅੰਬ ਸਾਹਿਬ ਤੋਂ ਕਥਾ ਕਰਕੇ ਵਾਪਸ ਮੁੜੇ ਆ ਰਹੇ ਸੀ ਅਤੇ ਚੁੰਨੀ ਲਾਂਡਰਾ ਰੋਡ ਜਿਹੜੀ ਹੈ ਇਹਦੇ ਉੱਤੇ ਇੱਕ ਪਿੰਡ ਹੈ ਝੰਜੇੜੀ ਉਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਨਾਲ ਹਾਲ ਬਣਿਆ ਹੋਇਆ ਹਾਲ ਦੇ ਨਾਲ ਹੀ ਇੱਕ ਭਗਤ ਰਵਿਦਾਸ ਜੀ ਦਾ ਮੰਦਿਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਮਤਲਬ ਹਾਲ ਨੂੰ ਇੱਕ ਰਸਤਾ ਰੱਖਿਆ ਹੋਇਆ ਉੱਥੇ ਮਤਲਬ ਭਗਤ ਰਵਿਦਾਸ ਜੀ ਦੀ ਕਮੇਟੀ ਵਾਲੇ ਵੀ ਅਤੇ ਗੁਰਦੁਆਰਾ ਸਾਹਿਬ ਵਾਲੇ ਸੱਜਣ ਵੀ ਉੱਥੇ ਧਾਰਮਿਕ ਸਮਾਗਮ ਅਕਸਰ ਹੀ ਕਰਦੇ ਰਹਿੰਦੇ ਨੇ ਜਿਹਦੇ 'ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੈ ਲੇਕਿਨ ਰਾਤ ਦਾ ਕੁਝ ਸੱਜਣਾਂ ਨੇ DJ ਲਾ ਕੇ ਉੱਥੇ ਔਰ ਜਿਹੜੇ ਬਹੁਤ ਬੁਰੀ ਤਰ੍ਹਾਂ ਸ਼ਰਾਬੀ ਹੋਏ ਹੋਏ ਸੀ ਉਹਨਾਂ ਨੇ DJ ਲਾਇਆ ਹੋਇਆ ਸੀ ਉਹ ਨੱਚਦੇ ਟੱਪਦੇ ਸੀ ਅਤੇ ਭਾਈ ਸਾਹਿਬ ਨੇ ਰੋਕ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਗੁਰਦੁਆਰਾ ਸਾਹਿਬ ਨਾਲ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅਦਬੀ ਹੁੰਦੀ ਹੈ ਤੁਸੀਂ ਇੱਦਾਂ ਨਾ ਕਰੋ ਉਹਨਾਂ ਨੇ ਭਾਈ ਸਾਹਿਬ ਜੀ ਦੀ ਗੱਲ ਮੰਨਣ ਦੀ ਬਜਾਏ ਭਾਈ ਸਾਹਿਬ ਜੀ 'ਤੇ ਹਮਲਾ ਕਰ ਦਿੱਤਾ ਔਰ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ